ਦੂਰੋਪੱਟਾ ਦੇ ਵਿੱਚ ਮੌਜੂਦ ਹਾਂ ਜਿੱਥੋਂ ਦੇ ਇੱਕ ਵਿਅਕਤੀ ਪਿਛਲੇ ਦਿਨੀ ਬਿਮਾਰ ਹੁੰਦੇ ਨੇ ਤਾਂ ਇੱਕ ਮਾਮੂਲੀ ਬਿਮਾਰ ਹੋਣ ਤੇ ਇੱਕ ਹਸਪਤਾਲ ਦੇ ਵਿੱਚ ਦਵਾਈ ਲੈਣ ਦੇ ਲਈ ਜਾਂਦੇ ਨੇ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਗਲਤ ਕਰ ਦਿੱਤਾ ਜਾਂਦਾ ਹੈ ਤਾਂ ਉਹਨਾਂ ਦੀ ਮੌਤ ਹੋਣ ਤੱਕ ਦੀ ਜਿਹੜੀ ਹੈ ਉਹ ਖਦਸ਼ਾ ਉਸ ਵਕਤ ਬਣ ਜਾਂਦਾ ਹੈ ਤਾਂ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਉੱਥੋਂ ਜਾਨ ਬਚਾ ਕੇ ਹਸਪੀਟਲ ਤੋਂ ਜਿਹੜਾ ਉਹ ਇੱਕ ਤਰ੍ਹਾਂ ਦੇ ਨਾਲ ਭੱਜਿਆ ਹੀ ਜਾਂਦਾ ਹੈ ਤਾਂ ਇਸ ਵਕਤ ਸਾਡੇ ਨਾਲ ਮੌਜੂਦ ਨੇ ਕੀ ਨਾਮ ਹੈ ਜੀ ਤੁਹਾਡਾ ਗੁਰਦੀਪ ਸਿੰਘ ਜੀ ਸਾਨੂੰ ਧਰਦੋ ਸਿੰਘ ਪਿੰਡ ਸੂਰਪੱਡਾ ਕੀ ਮਾਮਲਾ ਹੋਇਆ ਵਾ ਸਾਰਾ ਇਹ ਮਾਮਲੇ ਚ ਏਦਾਂ ਆਇਆ ਵੀ ਆਪਣਾ ਨਾ ਸਰੀਰ ਜਿਹੜਾ ਸੀਗਾ ਥੋੜਾ ਜਿਹਾ ਖਰਾਬ ਹੁੰਦਾ ਜਿਹਦਾ ਦਿਲ ਖਰਾਬ ਹੁੰਦਾ ਉਲਟੀ ਜਿਹੀ ਆਉਣ ਪੈਂਦੀ ਸੀ ਉਲਟੀ ਆਉਣ ਦਾ ਕਰਕੇ ਅਸੀਂ ਉੱਥੇ ਚੈੱਕ ਕਰਾਉਣ ਚੱਲ ਗਏ ਵੀ ਆਹ ਦੇਖਿਓ ਵੀ ਸਾਡਾ ਚੈੱਕ ਕਰਨਾ ਵੀ ਕਿੱਦਾਂ ਵਾ ਖਰਾਬ ਹੋਣ ਡਿਆ ਉਹ ਕਹਿੰਦੇ ਵੀ ਤੁਹਾਡਾ ਚੈੱਕ ਉਹ ਕਰਨ ਕਰਨਾ ਮੈਂ ਕਿਹਾ ਵੀ ਇੱਕ ਮੈਡਮ ਆਪਾਂ ਸਾਮੀ ਜਿਹੜਾ ਸੀ ਚੈੱਕ ਕਰਾਇਆ ਸ਼ੂਗਰ ਜਿਹੜੀ ਆਏ ਨਹੀਂ ਆ ਉਹ ਕਹਿੰਦੀ ਵੀ ਚੱਲ ਠੀਕ ਵਾ ਮੈਂ ਕਿਹਾ ਵੀ ਅਸੀਂ ਥੋੜਾ ਮਿੱਠਾ ਖਾਧਾ ਉਹਨੂੰ ਕਹਿੰਦੇ ਵੀ ਘਟੀ ਆ ਤੇ ਮਿੱਠਾ ਖਾਧਾ ਥੋੜਾ ਹੀ ਤੇ ਹੁਣ ਦਿਲ ਖਰਾਬ ਹੁੰਦਾ ਸੀ ਤਾਂ ਕਰਕੇ ਆਏ ਹਾਂ ਉਹਨਾਂ ਨੇ ਜਦੋਂ ਵੇਖਿਆ ਤੇ ਉਹਨਾਂ ਸਾਨੂੰ ਜਾਂਦੇ ਕਹਿੰਦੇ ਵੀ ਤੁਹਾਡੀ ਤੇ ਸ਼ੂਗਰ ਜਿਹੜੀ ਆ ਚੈੱਕ ਕਰਨਾ ਸਾਨੂੰ ਕਹਿੰਦੇ ਕਿਉਂ ਚੈੱਕ ਕੀਤਾ ਤੇ ਸ਼ੂਗਰ ਤੁਹਾਡੀ ਜਿਹੜੀ 550 ਆ ਤੁਹਾਨੂੰ ਤੇ ਦਾਖਲ ਹੋਣਾ ਪੈਣਾ ਤੇ ਮੈਂ ਮੰਨਣ ਨਹੀਂ ਦਿਆ ਤੇ ਘਰ ਦੀ ਮੇਰੀ ਜਿਹੜੀ ਉਹ ਡਰ ਗਈ ਉਹ ਕਹਿੰਦੀ ਵੀ ਤੁਹਾਨੂੰ ਦਾਖਲ ਹੋਣਾ ਪੈਣਾ ਮੈਂ ਦਾਖਲ ਹੋ ਗਿਆ ਬਦੋ ਬਦੀ ਕਹਿਣ ਤੇ ਜਦੋਂ ਮੈਂ ਦਾਖਲ ਹੋਇਆ ਵਾਂ ਹਜੇ ਅੱਧਾ ਕੋਈ ਗਲੂਕੋਜ਼ ਚੜਿਆ ਤੇ ਮੈਂ ਸਾਰਾ ਹੀ ਸੋਚ ਗਿਆ ਅੱਖਾਂ ਸੋਚ ਗਈਆਂ ਭਾਰੀਆਂ ਹੋ ਗਈਆਂ ਜਦੋਂ ਇੰਨਾ ਹੋਇਆ ਮੈਂ ਕਹਿੰਦਾ ਵੀ ਮੇਰਾ ਗਲੂਕੋਜ਼ ਲਾ ਦਿਓ ਫਿਰ ਉਹਨੇ ਮੈਨੂੰ ਇੱਕ ਗੋਲੀ ਲਿਆ ਕੇ ਦਿੱਤੀ ਆ ਸੋਟੀ ਦੀ ਉਹਨਾਂ ਮੇਰੀ ਸੋਚ ਲੱਥੀ ਆ ਮੈਂ ਫਿਰ ਵੀ ਅੱਖਾਂ ਦਾ ਗਲੂਕੋਜ਼ ਜਿਹੜਾ ਲਾ ਦਿਓ ਇੱਕ ਲਾ ਕੇ ਹੋਰ ਮੈਡਮ ਆਈ ਆ ਜਿਹਨੂੰ ਦਾਖਲ ਕੀਤਾ ਉਹਨੂੰ ਵੀ ਪਹਿਲਾਂ ਉਹ ਕਹਿੰਦੀ ਮੈਂ ਕੱਲ੍ਹ ਤੋਂ ਸਹੀ ਆਉਣ ਡਈ ਆ ਵੀ ਸਹੀ ਆ ਮੇਰਾ ਸਰੀਰ ਦਵਾਈ ਖਾਧੀ ਸਹੀ ਆ ਬਿਲਕੁਲ ਜੀ ਤੇ ਜਦੋਂ ਉਹਨੂੰ ਵੀ ਅੱਧਾ ਕੋਈ ਗਲੂਕੋਜ਼ ਚੜ੍ਹਦਾ ਵਾ ਤੇ ਉਹ ਵੀ ਬੇਹੋਸ਼ੀ ਦੀ ਹਾਜ਼ ਹੋ ਜਾਂਦੀ ਆ ਉਹਨੂੰ ਪੰਪ ਮਾਰ ਕੇ ਸਹੀ ਕਰਦੇ ਆ ਉੱਤੇ ਕੈਮਰੇ ਲੱਗੇ ਆ ਵੀਡੀਓ ਪਰ ਤੁਸੀਂ ਚੈੱਕ ਕਰ ਸਕਦੇ ਜੀ ਇਹ ਕੋਈ ਦੂਜਾ ਮਰੀਜ਼ ਆਇਆ ਸੀ ਉੱਥੇ ਹਾਂਜੀ ਉਹ ਦੂਸਰਾ ਮਰੀਜ਼ ਆਇਆ ਸੀਗਾ ਮੇਰੇ ਜਦੋਂ ਮੈਂ ਲਾਗੇ ਆਇਆ ਉਹ ਮੇਰੇ ਤੋਂ ਬਾਅਦ ਚ ਆਇਆ ਸੀ ਉਹ ਜਨਾਨੀ ਸੀ ਜਦੋਂ ਉਹਨੂੰ ਮੈਂ ਬੇਹੋਸ਼ੀ ਜਿਹਾ ਦੇਖਿਆ ਵੀ ਮੈਂ ਕਿਹਾ ਵੀ ਇਹ ਡਾਕਟਰ ਜਿਹੜਾ ਵਾ ਵੀ ਇਹ ਸਹੀ ਨੀਗਾ ਵੀ ਹੁਣੇ ਉਹ ਕਹਿੰਦੀ ਮੈਂ ਰਾਤ ਹੀ ਸਹੀ ਹਾਂ ਮੈਂ ਵੀ ਸਹੀ ਆਇਆ ਤੁਰ ਕੇ ਗਿਆ ਵਾਂ ਅਰਦਾਸ ਕਰਕੇ ਮੱਧ ਦਾ ਪ੍ਰਸਾਦ ਕਰਕੇ ਗਿਆ ਬਿਲਕੁਲ ਸਹੀ ਗਿਆ ਵਾਂ ਰੋਟੀ ਰਾਟੀ ਖਾ ਕੇ ਤੇ ਜਿਹਨੂੰ ਇੰਨੀ ਸ਼ੂਗਰ ਦੱਸਦੀ ਆ ਮੈਂ ਮੰਨ ਨਹੀਂ ਦਿਆ ਘਰਦਿਆਂ ਨੇ ਬਹੁਤ ਵਧੀਆ ਦੱਸ ਦਿੱਤੀ ਕਹਿੰਦੀ ਚੱਲ ਕਰ ਲਓ ਇਸ ਕਰਕੇ ਇਹਨਾਂ ਤੋਂ ਜਿਹਨੂੰ ਜਨਾਨੀ ਨੂੰ ਹੋਇਆ ਫਿਰ ਮੈਂ ਡਰ ਗਿਆ ਫਿਰ ਅਸੀਂ ਛਡਾ ਕੇ ਜਾਂਚ ਜੀ ਸਾਮਾਂ ਤੱਕ ਭੱਜੇ ਤੁਹਾਡੀ ਪਹਿਲਾਂ ਕਦੇ ਸ਼ੂਗਰ ਵਧੀ ਆ ਨਾ ਕਦੇ ਨਹੀਂ ਵਧੀ ਨਾ ਘਟੀ ਸੀ ਤੇ ਸਿਰਫ ਉਦਣ ਹੀ ਆ ਡਾਕਟਰ ਕਹਿੰਦਾ ਵੀ ਤੇਰੀ ਜਿਹੜੀ ਆ ਸ਼ੂਗਰ ਜਿਹੜੀ ਆ ਘਟ ਗਈ ਆ ਤੇ ਤੁਸੀਂ ਖੰਡ ਖਾ ਲਓ ਇਹ ਕਿਹੜਾ ਹਸਪੀਟਲ ਆ ਤੇ ਕਿੱਥੇ ਆ ਹਸਪੀਟਲ ਇਹ ਜੀ ਹੈਗਾ ਵਾ ਬਾਬੇ ਕਾਲਿਆ ਦੇ ਰੋਡ ਤੇ ਜਦੋਂ ਏਜੰਸੀ ਨਹੀਂ ਆ ਮੋਟਰਸਾਈਕਲਾਂ ਦੀ ਕਮਲ ਹਸਪਤਾਲ ਵਾ ਮਹਿਤੇ ਚੌਂਕ ਮਹਿਤੇ ਚੌਂਕ ਦਾ ਜੀ ਇਹ ਜਿੱਥੇ ਆਪਣੇ ਮੋਟਰਸਾਈਕਲਾਂ ਦੀ ਏਜੰਸੀ ਆ ਪੰਜਾਬ ਜਿਹੜੀ ਆ ਆਪਣੇ ਜੇ ਆ ਸਕੂਟਰ ਹੀ ਚੇਤਕ ਉਹਨਾਂ ਦੀ ਆ ਜਦੋਂ ਤੁਹਾਨੂੰ ਗਲੂਕੋਜ਼ ਉਹਨਾਂ ਨੇ ਡਾਕਟਰਾਂ ਨੇ ਲਾ ਦਿੱਤਾ ਤੇ ਫਿਰ ਉਹਦੇ ਦਰਮਿਆਨ ਜਦੋਂ ਤੁਹਾਡੀ ਤਬੀਅਤ ਜਿਹੜੀ ਆ ਉਹ ਖਰਾਬ ਹੋਣੀ ਸ਼ੁਰੂ ਹੋਈ ਤੁਸੀਂ ਡਾਕਟਰਾਂ ਨੂੰ ਦੱਸਿਆ ਨਹੀਂ ਦੱਸਿਆ ਵਾ ਮੈਡਮ ਆਈ ਆ ਉਹ ਕਹਿੰਦੀ ਵੀ ਤੁਹਾਨੂੰ ਸ਼ੂਗਰ ਜਿਹੜੀ ਆ ਜ਼ਿਆਦਾ ਆ ਉਹਦਾ ਕਰਕੇ ਜਿਹੜਾ ਵਾ ਇਦਾਂ ਹੋਣ ਰਹੀ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੁਣ ਆਪਾਂ ਸਰਕਾਰ ਕੋਲ ਮੰਗ ਚਾਹੁੰਦੇ ਆ ਵੀ ਇੱਥੇ ਵਧੀਆ ਵਧੀਆ ਡਾਕਟਰ ਚਾਹੀਦੇ ਆ ਲਾਗੇ ਸਰਕਾਰੀ ਹਸਪਤਾਲ ਵੀ ਵੱਡਾ ਹੈਗਾ ਵੀ ਜਿਹਦੇ ਵਿੱਚ ਕੋਈ ਡਾਕਟਰ ਨਹੀਂ ਆ ਰਹਿਣ ਡਿਆ ਵੀ ਉੱਥੇ ਡਾਕਟਰ ਵਧੀਆ ਹੋਣ ਤੇ ਆਪਾਂ ਉੱਥੇ ਇਲਾਜ ਕਰਾ ਸਕੀਏ ਇਹੋ ਜਿਹਾ ਜਿਹੜੇ ਆ ਉਹ ਹਸਪੀਟਲ ਬੰਦ ਹੋਣੇ ਚਾਹੀਦੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਸਾਰੀ ਠੀਕ ਹੈ ਤਾਂ ਬਿਲਕੁਲ ਇੱਥੇ ਪਿੰਡ ਦੇ ਮੋਤਬਰ ਵੀ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਪਟਾ ਸਾਹਿਬ ਕੀ ਇਹ ਜਸਪਾਲ ਸਿੰਘ ਜੀ ਕੀ ਮਾਮਲਾ ਹੈ ਤੁਹਾਡੇ ਪਿੰਡ ਦੇ ਜਿਹੜੇ ਇਹ ਭਾਈ ਸਾਹਿਬ ਦੇ ਨਾਲ ਵਾਪਰਿਆ ਹੈ ਕੈਪਟਨ ਜੀ ਗੱਲ ਇਹ ਹੈ ਕਿ ਇਹ ਮੇਰੇ ਪਿੰਡ ਦੇ ਪਹਿਲੋਂ ਮੇਰੇ ਪਿੰਡ ਦੇ ਗੁਰਦੁਆਰਾ ਸਾਹਿਬ ਗ੍ਰੰਥੀ ਵੀ ਰਹੇ ਆ 14-15 ਸਾਲ ਇਹ ਗ੍ਰੰਥੀ ਵੀ ਰਹੇ ਆ ਤੇ ਉਸ ਤੋਂ ਬਾਅਦ ਜੇ ਪਿੰਡ ਉਦੋ ਨੰਗਲ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਆ ਤੇ ਬੜਾ ਇਹ ਸਤਿਕਾਰ ਫੁੱਲੀ ਪਰਿਵਾਰ ਆ ਤੇ ਬਹੁਤ ਵਧੀਆ ਪਰਿਵਾਰ ਆ ਤੇ ਇਹ ਇਹਨਾਂ ਨੇ ਮੇਰੇ ਦਾ ਪਰਸੋਂ ਗੱਲ 11 ਤਰੀਕ ਨੂੰ ਇਹਨਾਂ ਨੇ ਗੱਲ ਕੀਤੀ ਕਿ ਮੈਨੂੰ ਥੋੜੀ ਜਿਹੀ ਪ੍ਰੋਬਲਮ ਆਈ ਸੀ ਤੇ ਮੈਂ ਕਮਲ ਹਸਪੀਟਲ ਗਿਆ
ਤੇ ਕਮਲਾ ਹੋਸਪਿਟਲ ਜਾ ਕੇ ਮੈਂ ਉਹਨਾਂ ਜਦੋਂ ਉਹਨਾਂ ਨੂੰ ਕਿਹਾ ਤੇ ਪਹਿਲਾਂ ਇਹਨਾਂ ਸਵੇਰੇ ਇਹਨਾਂ ਨੂੰ ਜਦੋਂ ਘਬਰਾਹਟ ਜੀ ਕੋਈ ਮਹਿਸੂਸ ਹੋਈ ਤੇ ਇਹਨਾਂ ਨੇ ਸ਼ੂਗਰ ਚੈੱਕ ਕਰਾਈ, ਇਹਨਾਂ ਦੀ ਸ਼ੂਗਰ 94 ਸੀਗੀ। ਤੇ ਜਦੋਂ ਕਮਲਾ ਹੋਸਪਿਟਲ ਗਿਆ ਤੇ ਉਹਨਾਂ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਤੁਹਾਡੇ ਤੇ ਟੈਸਟ ਕਰਨੇ ਪੈਣੇ ਆ, ਤੇ ਆਹ ਵੇਖੋ ਜੀ ਲੋੜ ਤੋਂ ਵੱਧ ਇਹਦੇ ਟੈਸਟ ਕਰਤੇ, ਜਿਹਨਾਂ ਟੈਸਟਾਂ ਦੀ ਕੋਈ ਜ਼ਰੂਰਤ ਨਹੀਂ ਸੀ। ਜਿੰਨਾ ਕੈਪਟਨ ਜੀ ਜਿੰਨਾ ਟੈਸਟਾਂ ਦੀ ਕੋਈ ਜ਼ਰੂਰਤ ਨਹੀਂ ਸੀ, ਪੈਸੇ ਬਣਾਉਣ ਦੀ ਖਾਤਰ ਉਹ ਟੈਸਟ ਕਰਤੇ ਤੇ ਉਹ ਟੈਸਟ ਕਰਤੇ ਤੇ ਉਹਦੇ ਵਿੱਚ 552 ਸ਼ੂਗਰ ਕਰਤੀ, 552 ਸ਼ੂਗਰ ਕਰਤੀ। ਜਦੋਂ ਇਹਨਾਂ ਨੂੰ ਗਲੂਕੋਸ਼ ਲਾ ਦਿੱਤਾ, ਗਲੂਕੋਸ਼ ਲਾਉਣ ਦੀ ਤਾਂ ਲੋੜ ਪੈਂਦੀ ਆ, ਇਹਨਾਂ ਸਵੇਰੇ ਰੋਟੀ ਵੀ ਖਾਧੀ ਆ, ਠੀਕ ਹੈ। ਗਲੂਕੋਸ਼ ਲਾਉਣ ਦੀ ਲੋੜ ਕਿਉਂਕਿ ਮੈਨੂੰ ਥੋੜਾ ਮੈਡੀਕਲ ਬਾਰੇ ਜਾਣਕਾਰੀ ਆ, ਚਾਨਣਾ ਵਾ ਮੈਨੂੰ, ਗਲੂਕੋਸ਼ ਦੀ ਉਦੋਂ ਲੋੜ ਪੈਂਦੀ ਆ ਕਿ ਜਦੋਂ ਚਾਹੇ ਤੇ ਬੰਦੇ ਦੇ ਅੰਦਰ ਇਨਫੈਕਸ਼ਨ ਜ਼ਿਆਦਾ ਹੋਈ ਹੋਵੇ, ਛੋਟੀ ਬੋਤਲ ਚੜਾਉਣੀ ਪੈਂਦੀ ਆਪਣੇ ਇੰਜੈਕਸ਼ਨ ਲਾ ਕੇ, ਤੇ ਜਾਂ ਕਿਤੇ ਬੰਦੇ ਨੇ ਰੋਟੀ ਛੱਡੀ ਫਿਰ ਗਲੂਕੋਸ਼ ਚੜਾਉਣਾ। ਪਰ ਕਮਲਾ ਹੋਸਪਿਟਲ ਵਾਲਿਆਂ ਨੇ ਪੈਸੇ ਬਣਾਉਣ ਦੀ ਖਾਤਰ ਇਹਨੂੰ ਜੋ ਸ਼ੂਗਰ ਇਹਦੀ ਪਹਿਲਾਂ ਨੋਰਮਲ ਸੀ, ਸ਼ੂਗਰ 100 ਦੇ ਕਰੀਬ 94-95 ਸੀਗੀ, ਪਰ ਉਹਨਾਂ ਨੇ ਗਲੂਕੋਸ਼ ਦੇ ਵਿੱਚ ਉਹ ਇੰਜੈਕਸ਼ਨ ਪਾਤੇ ਜਿਹੜੀ ਇਹਦੀ ਸ਼ੂਗਰ ਘੱਟ ਜੇ। ਜਦੋਂ ਸ਼ੂਗਰ ਇਹਦੀ ਘੱਟਦੀ ਦੇਹੀ ਸ਼ੂਗਰ ਘਟੀ ਤੇ ਉਸ ਟਾਈਮ ਇਹਨਾਂ ਦੇ ਦੱਸਣ ਦੇ ਮੁਤਾਬਕ ਇਹਨਾਂ ਦੇ ਮੂੰਹ ਤੇ ਇਹਨਾਂ ਦੇ ਸਰੀਰ ਨੂੰ ਸੋਜ ਪੈਣੀ ਸ਼ੁਰੂ ਹੋ ਗਈ। ਇਹਨਾਂ ਦੀ ਵਾਈਫ ਡਰ ਗਈ, ਇਹਨਾਂ ਨੇ ਫਿਰ ਜਦੋਂ ਲਾਗੇ ਇੱਕ ਹੋਰ ਪੇਸ਼ੈਂਟ ਸੀ ਉਹਨੂੰ ਧੱਕੇ ਨਾਲ ਗਲੂਕੋਸ਼ ਚੜਾਇਆ ਸੀਗਾ, ਤੇ ਜਦੋਂ ਉਹਦੀ ਹਾਲਤ ਖਸਤਾ ਹੋਣ ਲੱਗੀ ਉਹਨੂੰ ਫਿਰ ਜਦੋਂ ਉਹਦੀ ਜ਼ਿਆਦਾ ਹਾਲਤ ਖਸਤਾ ਹੋਣ ਲੱਗੀ ਉਹਨੂੰ ਪੰਪਿੰਗ ਕਰਕੇ ਉਹਨੂੰ ਉਹਨਾਂ ਨੇ ਬਚਾਇਆ, ਕੁਛ ਨਾ ਕੁਛ ਆਕਸੀਜਨ ਦਿੱਤੀ ਉਹਨੂੰ। ਫਿਰ ਇਹ ਕਹਿੰਦੇ ਇਹਦੇ ਦੱਸਣ ਦੇ ਮੁਤਾਬਕ ਇਹ ਕਹਿੰਦਾ ਮੈਂ ਘਬਰਾ ਗਿਆ। ਜਦੋਂ ਇਹ ਘਬਰਾ ਗਿਆ ਤੇ ਇਹਦੇ ਜ਼ੋਰ ਜ਼ੋਰਾ ਜਬਰੀ ਉੱਥੋਂ ਜਾਨ ਛੁਡਾ ਕੇ 5200 ਰੁਪਇਆ ਥੋੜੇ ਜਿਹੇ ਸਮੇਂ ਦਾ ਉਹਨਾਂ ਨੇ ਬਣਾ ਲਿਆ। ਜਦੋਂ ਇਹਨੇ ਆਪਣੇ ਘਰ ਆ ਗਿਆ, ਇਹਨਾਂ ਨੇ ਆ ਕੇ ਮੈਂ ਜਲੰਧਰ ਆਪਣੇ ਵਾਈਫ ਦਾ ਕਰਾਉਣ ਗਿਆ ਸੀਗਾ, ਮੈਡੀਕਲ ਟੈਸਟ ਕਰਾਉਣ ਗਿਆ ਸੀਗਾ, ਤੇ ਮੇਰੇ ਨਾਲ ਇਹਨਾਂ ਨੇ ਗੱਲ ਕੀਤੀ। ਤੇ ਫਿਰ ਮੈਂ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਤਾਂ ਮੈਨੂੰ ਮਿਲਦੇ ਗਿਲਦੇ ਰਹਿੰਦੇ ਆ, ਵੀ ਇਹੋ ਜਿਹੀ ਤੇ ਕਦੀ ਵੀ ਗੱਲ ਨਹੀਂ ਹੋਈ ਕਿ ਤੁਹਾਡੀ ਸ਼ੂਗਰ ਤੁਸੀਂ ਮੇਰੇ ਕੋਲ ਜ਼ਿਕਰ ਨਹੀਂ ਕਦੀ ਕੀਤਾ, ਕਿਉਂਕਿ ਮਾੜੇ ਬੜੇ ਸਤਿਕਾਰ ਫੁੱਲੀ ਆ। ਇਹ ਕਹਿ ਰਹੇ ਜੀ ਕਿ ਪਹਿਲਾਂ 1-2 ਦਿਨ ਇਹਨਾਂ ਪਹਿਲਾਂ ਵੀ ਚੈੱਕ ਕਰਵਾਈ ਆ ਤੇ ਉਦੋਂ ਵੀ 120 ਦੇ ਕਰੀਬ ਆਈ ਆ। ਹਾਂਜੀ ਵੇਖੋ, ਇਹਨਾਂ ਰੋਟੀ ਖਾ ਕੇ ਵੀ ਸ਼ੂਗਰ 2-3 ਲੈਬੋਰਟਰੀਆਂ ਤੋਂ ਸਾਡੇ ਕੋਲ ਰਿਪੋਰਟ ਹੈ, ਸਾਡੇ ਮਿਹਤੇ ਚੌਂਕ ਦੀਆਂ ਲੈਬੋਰਟਰੀਆਂ, ਕਿਸੇ ਤੇ 110 ਆਈ, ਕਿਸੇ ਤੇ ਰੋਟੀ ਖਾਣ ਤੋਂ ਬਾਅਦ 120 ਆਈ, ਇਹਨੂੰ ਆਪਾਂ ਨੋਰਮਲ ਕਹਿੰਦੇ ਹਾਂ, ਠੀਕ ਹੈ। ਤੇ ਇਹ ਸ਼ੂਗਰ ਕੋਈ ਵਧੀ ਨਹੀਂ ਸੀ, ਪਰ ਜਦੋਂ ਇਹਨਾਂ ਨੇ 552 ਕੱਢਤੀ, 552 ਤੇ ਇਹਨਾਂ ਸ਼ੂਗਰ ਘਟਾਉਣ ਦੇ ਇੰਜੈਕਸ਼ਨ ਲਾ ਦਿੱਤੇ, ਸ਼ੂਗਰ ਘੱਟ ਗਈ। ਇਹ ਤਾਂ ਇਹਦੀ ਕਿਸਮਤ ਚੰਗੀ ਆ ਕਿ ਇਹ ਉੱਥੋਂ ਬਚ ਕੇ ਆ ਗਏ। ਸੋ ਜਿਹੜਾ ਕਮਲਾ ਹੋਸਪਿਟਲ ਹੈ, ਆਹ ਦੇਖੋ ਕੈਪਟਨ ਜੀ, ਆਹ ਕੈਪਟਨ ਜੀ ਗੱਲ ਇਹ ਆ ਕਿ ਆਹ ਜਿਹੜੀ ਇਹਨਾਂ ਦੀ ਲੈਟਰ ਪੈਡ ਲੈਟਰ ਹੈਡ ਆ, ਇਹਦੇ ਤੇ ਕੋਈ ਕਿਸੇ ਕਿਸਮ ਦਾ ਨਹੀਂ ਗਾ ਹੈਗਾ, ਕਿਸੇ ਡਾਕਟਰ ਦਾ ਨਾਂ ਨਹੀਂ, ਕਿਸੇ ਡਾਕਟਰ ਦੀ ਡਿਗਰੀ ਨਹੀਂ, ਕਿਸੇ ਦਾ ਨਾਂ ਨਹੀਂ, ਕੋਈ ਇਹਨਾਂ ਦਾ ਕੋਈ ਡਾਕਟਰ ਦਾ ਮੋਬਾਈਲ ਨੰਬਰ ਨਹੀਂ, ਠੀਕ ਹੈ। ਤੇ ਇਹਨਾਂ ਨੇ ਜਦੋਂ ਆਹ ਮਤਲਬ ਇਹ ਹਸਪੀਟਲ ਆ, ਸਾਨੂੰ ਤੇ ਜਾਲੀ ਲੱਗਦਾ। ਮੈਨੂੰ ਭਰੋਸੇ ਦਾ ਸੂਤਰਾਂ ਤੋਂ ਪਤਾ ਲੱਗਿਆ ਕਿ ਜਿਹੜਾ ਇਸ ਡਾਕਟਰ ਕਮਲ ਹੋਸਪਿਟਲ ਦਾ ਮਾਲਕ ਹੈ, ਇਹ ਕੋਈ ਸਰਕਾਰੀ ਸਰਵਿਸ ਕਰਦਾ, ਮੈਨੂੰ ਕਨਫਰਮ ਪੂਰਾ ਨਹੀਂ, ਲੇਕਿਨ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਇਹ ਸਰਕਾਰੀ ਜੋਬ ਕਰਦਾ। ਤੇ ਜੇ ਸਰਕਾਰੀ ਜੋਬ ਕਰਦਾ ਤੇ ਸਰਕਾਰੀ ਜੋਬ ਇੱਕ ਨਾਲ ਮਹਿਤੇ ਚੌਂਕ ਦਾ ਹਸਪੀਟਲ ਚਲਾ ਰਿਹਾ, ਔਰ ਇਹਦੀ ਡਿਗਰੀ ਦੀ ਕੋਈ ਉੱਥੇ ਲਿਖਿਆ ਨਹੀਂ, ਕੋਈ ਲੈਟਰ ਪੈਡ ਤੇ ਨਹੀਂ, ਕੋਈ ਬੋਰਡ ਤੇ ਨਹੀਂ ਲਿਖੀ ਕਿ ਇਹਦੀ ਡਿਗਰੀ ਕੀ ਆ, ਸਾਡਾ ਬੰਦਾ ਬਚ ਗਿਆ। ਫਿਰ ਜਦੋਂ ਇਹਨਾਂ ਨੇ ਮੇਰੇ ਨਾਲ ਸਾਰੀ ਕੈਪਟਨ ਜੀ ਗੱਲ ਕੀਤੀ ਆ, ਤੇ ਫਿਰ ਮੈਂ ਇਹਨਾਂ ਨੂੰ ਰਾਇ ਦਿੱਤੀ ਕਿ ਤੁਸੀਂ ਇਸ ਤਰ੍ਹਾਂ ਕਰੋ, 3 ਮਹੀਨੇ ਪੁਰਾਣੀ ਆਪਣੀ ਸ਼ੂਗਰ ਚੈੱਕ ਕਰਾਓ, ਟੈਸਟ ਕਰਵਾ ਲਓ ਕਿ ਪਿਛਲੇ 3 ਮਹੀਨਿਆਂ ਦਾ 13 ਤਰੀਕ ਤੱਕ ਤੁਹਾਡੀ ਸ਼ੂਗਰ ਕਿੰਨੀ ਰਹਿੰਦੀ ਰਹੀ, ਨੋਰਮਲ ਕਿੰਨੀ ਹੋਈ ਤੇ ਹਾਈ ਲੈਵਲ ਤੇ ਕਿੰਨੀ ਗਈ। ਫਿਰ ਇਹਨਾਂ ਨੇ ਆਹ ਸਾਡੀ ਸਾਡੇ ਕੋਲ ਰਿਪੋਰਟ ਹੈ ਜੀ, ਇਹ ਸਾਡੀ ਇਹ ਕੋਈ ਦਿੱਲੀ ਆ ਜੀ ਜਿੱਥੇ ਪੂਰੇ ਹਿੰਦੁਸਤਾਨ ਦੇ ਟੈਸਟ ਹੁੰਦੇ ਆ, ਅਨਵੇਤਾ ਡਾਇਗਨੋਸਿਸ ਪ੍ਰਾਈਵੇਟ ਲਿਮਿਟਡ ਦਿੱਲੀ, ਠੀਕ ਹੈ। ਅਸੀਂ ਦਿੱਲੀ ਤੋਂ ਟੈਸਟ ਕਰਵਾਏ ਆ ਜੀ, ਇਹ ਹੁਣ ਇਹ ਦਿੱਲੀ ਤੋਂ ਟੈਸਟ ਆ, ਇਹਦੇ ਵਿੱਚ 110 ਤੋਂ ਉੱਪਰ ਕਿਤੇ ਸ਼ੂਗਰ ਨਹੀਂ ਹੈਗੀ। ਇਹ ਜਿਹੜੇ ਅੱਜ ਤੋਂ ਜਿਹੜੇ ਬੈਕ ਡੇਟ ਦੇ ਵਿੱਚ 3 ਮਹੀਨੇ ਦਾ ਰਿਕਾਰਡ ਉਹਨਾਂ ਨੇ ਦਿੱਤਾ ਤੁਹਾਨੂੰ? ਹਾਂਜੀ,
ਇਹਦੀ ਜਦੋਂ ਇਹਦਾ ਬਲੱਡ ਦਾ ਟੈਸਟ ਦਿੱਲੀ ਭੇਜਿਆ ਉਹਨਾਂ ਨੇ ਸਾਨੂੰ ਰਿਪੋਰਟ ਦਿੱਤੀ ਆ ਕਿ ਅੱਜ ਤੋਂ ਜੋ 3 ਮਹੀਨੇ ਦੀ ਰਿਪੋਰਟ ਅੱਜ ਕੱਲ੍ਹ ਆ ਜਾਂਦੀ ਹੈ ਨਾ, ਕਿਉਂਕਿ ਜਿਹੜੀ ਆਪਣੇ ਵਿਗਿਆਨਿਕ ਤੌਰ ਤੇ ਬਹੁਤ ਦੂਰ ਆਪਾਂ ਪਹੁੰਚ ਗਏ ਹਾਂ, ਉਹਨਾਂ ਨੇ 3 ਮਹੀਨੇ ਦੀ ਸਾਡੀ ਰਿਪੋਰਟ ਦਿੱਤੀ, 552 ਇੱਥੇ ਕਿਉਂ ਨਹੀਂ ਆਈ ਜੀ? ਜਿਹੜੀ ਦਿੱਲੀ ਦੀ ਲੈਬੋਰਟਰੀ ਆ ਜੀ, ਕੀ ਜਿਹੜਾ ਕਮਲਾ ਹੋਸਪਿਟਲ ਦੀ ਲੈਬੋਰਟਰੀ ਆ, ਇਹ ਦਿੱਲੀ ਨੂੰ, ਇਹਦਾ ਮਤਲਬ ਦਿੱਲੀ ਦੇ ਦਿੱਲੀ ਨਾਲੋਂ ਠੀਕ ਆ ਜੀ? ਇਹ ਜਦੋਂ ਸਾਡੀ ਦਿੱਲੀ ਵਾਲੇ 110, 115, 90, 95 ਸਾਡੀ ਆਪਣੀ 3 ਮਹੀਨੇ ਦੀ ਦੱਸ ਰਿਹਾ, ਤੇ 552 ਦੱਸ ਕੇ ਸਾਡੇ ਆਦਮੀ ਨੂੰ, ਸਾਡੇ ਗ੍ਰੰਥੀ ਆ ਪਿੰਡ ਦਾ ਜੀ, ਇਹਨੂੰ ਤੇ ਜਾਨੋ ਮਾਰਨ ਦੀ ਮੈਂ ਕੋਸ਼ਿਸ਼ ਕੀਤੀ ਜੀ। ਤੁਹਾਨੂੂੰ ਕੀ ਲੱਗਦਾ ਪਟਾ ਸਾਹਿਬ ਵੀ ਕਿਉਂ ਉਹਨਾਂ ਨੇ, ਡਾਕਟਰਾਂ ਨੇ ਇਹ ਚੀਜ਼ ਕੀਤੀ ਹੈ, ਇਹ ਰਿਪੋਰਟ ਗਲਤ ਕੀਤੀ ਫਿਰ ਉਹਨਾਂ ਨੇ? ਵੇਖੋ ਕੈਪਟਨ ਜੀ, ਮੈਂ ਤੁਹਾਨੂੰ ਚਰਣਾ ਪਾਉਣਾ ਚਾਹੁੰਦਾ ਕੁਛ ਸਮੇਂ ਪਿੱਛੇ ਦਾ ਵੀ, ਜੇ ਤੁਸੀਂ ਕਿਤੇ ਕਮਲਾ ਹੋਸਪਿਟਲ ਦੀ ਮੇਰੀ ਗੱਲ ਸੁਣ ਲਓ, ਮੇਰੇ ਪਿੰਡ 'ਚ ਮੇਰਾ ਚਾਚਾ ਸੀਗਾ ਜੀਤ ਸਿੰਘ, ਉਹ ਉਹਨੂੰ ਜਲੰਧਰ ਜਵਾਬ ਦਿੱਤਾ, ਉਹਨਾਂ ਨੇ ਡੈਡ ਸ਼ੋ ਕਰਤਾ ਵੀ ਇਹਦੀ ਮੌਤ ਹੋ ਚੁੱਕੀ ਹੈ, ਇੱਕ ਰਕਮ ਦੀ ਇਹਨੂੰ ਲੈ ਜਾਓ ਘਰ ਵੀ, ਇਹਦੀ ਅੱਜ ਵੀ ਮੌਤ ਆ ਕੱਲ੍ਹ ਮੌਤ ਆ। ਉਹ ਵਿਚਾਰੇ ਪਿਛਲੇ ਸਮੇਂ ਦੀ ਮੈਂ ਗੱਲ ਦੱਸਦਾ ਇਸ ਹੋਸਪਿਟਲ ਦੀ ਕਰਤੂਤਾਂ, ਕਿ ਉਹ ਵਿਚਾਰੇ ਡਰਦੇ ਨਾ, ਕਹਿੰਦੇ ਘਰ ਲਿਆਉਣ ਨੂੰ ਬਜਾਏ ਵੀ ਸਾਡਾ ਪਿਓ ਆ ਕਿਤੇ ਮਰਨਾ ਵੀ ਮਾੜਾ ਮੋਟਾ ਸਾਹ ਹੁੰਦਾ ਰਹੇ, ਇਹਨਾਂ ਨੇ ਚੁੱਕ ਕੇ ਜਦੋਂ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਕੋਲ, ਉਹਦੇ ਕੋਲ ਵੀ ਪਰਚੀਆਂ ਸੀਗੀਆਂ ਹੋਸਪਿਟਲ ਦੀਆਂ, ਜਿਹਨੂੰ ਰੈਫਰ ਕਰਤਾ ਸੀ ਉੱਥੋਂ ਵੀ ਇਹ ਨਹੀਂ ਬਚਣਾ, ਇਹਨੇ ਉਹ ਗੁੰਮ ਸੀਗਾ, ਕੋਈ ਉਹਨੂੰ ਸਾਹ ਭਰਾ ਕੋਈ ਸਾਹ ਨਹੀਂ ਚੰਗੀ ਤਰ੍ਹਾਂ ਆਉਂਦਾ, ਇਹਨਾਂ ਨੇ ਉਹਨੂੰ ਹੋਸਪਿਟਲ ਪਾ ਕੇ 5500 ਰੁਪਇਆ ਪਾਉਣ ਅੱਧੇ ਘੰਟੇ ਦਾ ਲੈ ਲਿਆ ਜੀ। ਠੀਕ ਹੈ, ਅਸੀਂ ਉਦੋਂ ਚਲੋ ਜਾਣ ਜਾਣ ਕਰਦੇ ਰਹੇ, ਸਾਡੇ ਕੋਲ ਨਹੀਂ, ਸਾਡੇ ਕੋਲ ਉਹ ਵੀ 5500 ਰੁਪਇਆ ਨਜਾਇਜ਼ ਜਾ ਲਿਆ ਜੀ, ਪਰ ਸਾਡੇ ਵਰਗੇ ਅਸੀਂ ਤਾਂ ਬੋਲਣ ਵਾਲੇ ਹਾਂ ਜੀ, ਸਾਨੂੰ ਤਾਂ ਕੋਈ ਡਰ ਨਹੀਂ, ਸਾਡੇ 'ਤੇ ਜਿੰਨੀ ਐਕਸ਼ਨ ਲੈਣਾ ਲਵੇ। ਠੀਕ ਹੈ, ਅਸੀਂ ਆਪਣਾ ਜਿਹੜੀ ਜੋ ਸਾਡਾ ਜੋ ਸਾਡੇ ਨਾਲ ਧੱਕਾ ਹੋ ਰਿਹਾ, ਜੋ ਸਾਡੇ ਮਹਿਤੇ ਚੌਂਕ ਦੇ ਵਿੱਚ ਹੋ ਰਿਹਾ, ਬਿਲਕੁਲ ਇਹ ਗਲਤ ਆ। ਜੇ ਏਦਾਂ ਹੀ ਚੱਲਦਾ ਰਿਹਾ, ਕਮਲਾ ਹੋਸਪਿਟਲ ਏਦਾਂ ਹੀ ਕਰਦੇ ਰਹੇ, ਤੇ ਹੋ ਸਕਦਾ ਇੱਥੇ ਪਤਾ ਨਹੀਂ ਕਿੰਨੀਆਂ ਕੁ ਮੌਤਾਂ ਹੋ ਜਾਣ। ਸਰ, ਉੱਥੇ ਕੋਈ ਕੁਆਲੀਫਾਈਡ ਜਿਹੜੇ ਡਾਕਟਰ ਹੈਗੇ ਆ ਉੱਥੇ, ਕੋਈ ਤੁਹਾਨੂੰ ਇਹਦੇ ਬਾਰੇ ਆਈਡੀਆ? ਵੇਖੋ ਜੀ, ਉੱਥੇ ਮੈਨੂੰ ਤਾਂ ਸਾਰੇ ਦੇਸੀ ਲੱਗੇ, ਲੜਕੀਆਂ ਉੱਥੇ ਤੁਰੀਆਂ ਫਿਰਦੀਆਂ, ਉੱਥੇ ਕੋਈ ਕੁਆਲੀਫਾਈਡ ਡਾਕਟਰ ਨਹੀਂ, ਕੋਈ ਉਹਦੀ ਕੋਈ ਡਿਗਰੀ ਨਹੀਂ ਲਿਖੀ, ਕੋਈ ਉਹਦੀ ਨੇਮ ਪਲੇਟ ਨਹੀਂ ਲਿਖੀ ਕਿ MBBS ਆ, MD ਆ, RMP ਆ। ਜਿਹੜੇ ਇਸ ਤਰ੍ਹਾਂ ਪਟਾ ਸਾਹਿਬ ਹੋਸਪਿਟਲ ਜਿਹੜੇ ਕਸਬਿਆਂ ਦੇ ਵਿੱਚ ਵੀ ਚੱਲ ਰਹੇ ਚਾਹੇ ਸ਼ਹਿਰਾਂ ਦੇ ਵਿੱਚ ਚੱਲ ਰਹੇ, ਤੁਹਾਨੂੰ ਕੀ ਲੱਗਦਾ ਇੱਥੇ ਸਰਕਾਰਾਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ? ਵੇਖੋ ਜੀ, ਮੈਂ ਤੇ ਇਹ ਗੱਲ ਕਹਿੰਦਾ, ਸਰਕਾਰ ਕੁੰਭਕਰਨ ਦੀ ਨਹੀਂ ਸੁੱਤੀ ਆ ਜੀ, ਕੀ ਸਾਨੂੰ ਮਹਿਤੇ ਚੌਂਕ ਦੇ ਵਿੱਚ, ਸਾਡੇ ਵਿੱਚ ਅਸੀਂ ਵੀ ਉਹਦੇ ਵਿੱਚ ਆਉਂਦੇ ਹਾਂ ਜੀ, ਅਸੀਂ ਕਿਸੇ ਨੂੰ ਨਾ ਜੋ ਦੋਸ਼ ਦਈਏ, ਅਸੀਂ ਵੀ ਉਹਦੇ 'ਚ ਆਉਂਦੇ ਹਾਂ ਵੀ ਮਹਿਤੇ ਚੌਂਕ ਦੇ ਵਿੱਚ ਅਸੀਂ ਪੋਲੀਟੀਕਲ ਤੌਰ 'ਤੇ ਕਿੰਨੇ ਸਾਡੇ ਅੱਛਾ ਮੌਜੂਦਾ ਸਰਕਾਰ ਆ, ਬੜੇ ਬੜੇ ਇੱਥੇ ਸਿਆਣੇ ਆਪਣਾ ਲੀਡਰ ਬੈਠੇ ਆ, ਕੀ ਹਲਕੇ ਵਿਧਾਇਕ ਨੂੰ ਵੀ ਪਤਾ ਇਸ ਗੱਲ ਦਾ ਕਿ ਇੱਥੇ ਕਮਲ ਹੋਸਪਿਟਲ ਦੇ ਵਿੱਚ ਕੀ ਕੁਛ ਹੋ ਰਿਹਾ, ਸਾਰਿਆਂ ਨੂੰ ਸਾਨੂੰ ਪਤਾ। ਤੇ ਅਸੀਂ ਤੇ ਇਸ ਕਰਕੇ ਅਖੀਰ ਅੱਜ ਲਾਸਟ ਇਹੋ ਜਿਹੇ ਕੇਸ ਅੱਗੇ ਕਈ ਹੋ ਗਏ ਆ। ਕੈਪਟਨ ਜੀ, ਅੱਜ ਅਸੀਂ ਮੰਨ ਲਓ ਮੈਂ ਮੂੰਹ ਖੋਲਣ ਦੀ ਕੋਸ਼ਿਸ਼ ਕੀਤੀ, ਮੈਂ ਇਹ ਗੱਲ ਕਹੀ ਕਿ ਜਸਪਾਲ ਸਿੰਘ ਜੇ ਤੂੰ ਨਹੀਂ ਬੋਲਦਾ ਤਾਂ ਫਿਰ ਕਿਸੇ ਨੇ ਨਹੀਂ ਬੋਲਣਾ। ਠੀਕ ਹੈ, ਅਸੀਂ ਤਾਂ ਜਿਹੜੀ ਜੋ ਸੱਚਾਈ ਆ, ਸੱਚਾਈ ਤੇ ਬੋਲਣ ਤੋਂ ਕਦੀ ਵੀ ਜਸਪਾਲ ਸਿੰਘ ਪਿੱਛੇ ਨਹੀਂ ਹਟ ਸਕਦਾ। ਜਦੋਂ ਮੈਨੂੰ ਬਾਬਾ ਗੁਰਦੀਪ ਸਿੰਘ ਨੇ ਗੱਲ ਦੱਸੀ ਤੇ ਮੇਰੇ ਕੋਲ ਬਰਦਾਸ਼ਤ ਨਹੀਂ ਹੋਈ, ਮੈਂ ਇਹਨੂੰ ਕਿਹਾ ਵੀ ਸਾਨੂੰ ਤਾਂ ਇਹ ਗੱਲ ਬਿਲਕੁਲ ਨੰਗੀ ਕਰਨੀ ਪਊਗੀ। ਕੈਪਟਨ ਜੀ, ਹੋਰ ਮੈਂ ਗੱਲ ਦੱਸਾਂ, ਅਸੀਂ ਹੋਸਪਿਟਲ ਵੀ ਜਾ ਸਕਦੇ ਸੀ, ਪਰ ਹੋਸਪਿਟਲ ਦੇ ਕੋਈ ਨਿਯਮ ਹੁੰਦੇ ਆ, ਮੈਨੂੰ ਪਤਾ ਕੋਈ 9-10 ਸ਼ਰਤਾਂ ਹੁੰਦੀਆਂ। ਕੱਲ ਨੂੰ ਅਸੀਂ ਹੋਸਪਿਟਲ ਜਾ ਕੇ ਕੋਈ ਗੱਲ ਕਰਦੇ ਤੇ ਸਾਡੇ ਤੇ ਉਲਟ ਕੇਸ ਪੈ ਸਕਦਾ ਸੀ, ਕਿਉਂਕਿ ਇਹ ਭੰਨ ਤੋੜ ਕਰਤੀ, ਇਹਨਾਂ ਨੇ ਇੱਥੇ ਸਾੜ ਫੂਕ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਤੇ ਕੁਛ ਵੀ। ਅਸੀਂ ਹੋਸਪਿਟਲ ਨਹੀਂ ਗਏ, ਸਾਨੂੰ ਪਤਾ ਹੋਸਪਿਟਲ ਦੇ ਨਿਯਮਾਂ ਦਾ, ਮੈਂ ਕਿਉਂ ਟ੍ਰੇਡ ਯੂਨੀਅਨ ਲੀਡਰ ਹਾਂ ਤੇ ਮੈਨੂੰ ਇਹਨਾਂ ਗੱਲਾਂ ਦਾ ਪਤਾ ਵਾ ਕਿ ਸਾਡੇ ਸਾਡੇ ਵਰਖਲਾਫ ਹੋ ਸਕਦੀ ਗੱਲ। ਅਸੀਂ ਹੋਸਪਿਟਲ ਜਾ ਸਕਦੇ ਸੀਗੇ, ਗੱਲਬਾਤ ਕਰ ਸਕਦੇ ਸੀਗੇ, ਪਰ ਅਸੀਂ ਇਹ ਗੱਲ ਕਹੀ ਕਿ ਅਸੀਂ ਇਸ ਗੱਲ ਨੂੰ ਕਲੀਅਰ ਕੀਤਾ ਜਾਵੇ ਔਰ ਸਰਕਾਰ ਦੀ ਜਿਹੜੀ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਉਹਨਾਂ ਨੂੰ ਜਗਾਇਆ ਜਾਵੇ ਕਿ ਤੁਸੀਂ ਆ ਕੇ ਮਹਿਤੇ ਚੌਂਕ 'ਚ ਵੇਖੋ, ਇਹਨਾਂ 'ਚ ਕੋਈ ਡਿਗਰੀ ਨਹੀਂ, ਕੋਈ ਇਹਨਾਂ ਕੋਲ ਕੁਛ ਨਹੀਂ, ਹੋਸਪਿਟਲ ਦੇ ਵਿੱਚ ਜਿਹੜਾ ਜਾਂਦਾ ਉਹ ਮਰਿਆ ਵਾਂਗੂ ਕਰਕੇ ਕੱਢ ਦਿੰਦੇ ਆ। ਕਿਸੇ ਦੀ ਇੰਨੀ ਹਿੰਮਤ ਨਹੀਂ ਪੈਂਦੀ ਕਿ ਉਹ ਕਿਸੇ ਪ੍ਰੈਸ ਰਿਪੋਰਟਰ ਕੋਲ ਜਾਵੇ, ਕਿਸੇ ਲੀਡਰ ਕੋਲ ਜਾਵੇ, ਕਿਸੇ ਵਿਧਾਇਕ ਕੋਲ ਜਾਵੇ, ਕਿਸੇ ਕੋਲ ਕੋਈ ਜਾ ਕੇ ਸ਼ਿਕਾਇਤ ਨਹੀਂ ਕਰਦਾ, ਇੱਕ ਨਹੀਂ। ਉਦੋਂ ਨੰਗਲ ਦੇ ਵਿੱਚ ਮੈਂ ਗੱਲ ਕਰਦਾਗਾ, ਮੈਂ ਉਹਨਾਂ ਬੀਬੀਆਂ ਨੂੰ ਸਾਹਮਣੇ ਪੇਸ਼ ਕਰਦਾਗਾ, ਇਹ ਸਾਡੇ ਤਰਸੇਮ ਸਿੰਘ ਵਿੱਚ ਕਿਸਾਨ ਯੂਨੀਅਨ ਦੇ ਲੀਡਰ ਆ, ਇਹਨਾਂ ਦੇ ਪਰਿਵਾਰ ਦੇ ਵਿੱਚੋਂ
ਬੀਬੀਆਂ ਚੰਗੀਆਂ ਭਲੀਆਂ ਗਈਆਂ, ਤੰਦਰੁਸਤ ਗਈਆਂ, ਠੀਕ ਹੈ। ਤੇ ਇਹਨਾਂ ਉੱਥੋਂ ਜਦੋਂ ਉਹਨਾਂ ਜਾਂਦੀਆਂ ਨੂੰ ਗਲੂਕੋਜ਼ ਲਾ ਦਿੰਦੇ ਰਹੇ ਤੇ ਉਹਨਾਂ ਨੂੰ ਅੱਧ ਮੋਈਆਂ ਕਰਕੇ ਉੱਥੋਂ ਹੋਸਪਿਟਲ ਚੋਂ ਉਹ ਵਾਪਸ ਆਉਂਦੀਆਂ, ਉਹ ਵੀ ਰੋ ਰਹੀਆਂ। ਉਹ ਸਿਰਫ ਇਹੀ ਗੱਲ ਕਹਿੰਦੀਆਂ ਕਿ ਅਸੀਂ ਗੱਲ ਨੀ ਕਰ ਸਕਦੀਆਂ, ਸਾਨੂੰ ਪਤਾ ਨੀ ਗੱਲ ਕਿੱਦਾਂ ਕਰਨੀ ਆ। ਬੜਾ ਸਾਹਿਬ, ਹੁਣ ਅਖੀਰ ਦੀ ਬਾਕੀ ਤੁਸੀਂ ਕੀ ਡਿਮਾਂਡ ਕੀ ਕਰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਸੋ ਅਸੀਂ ਅਖੀਰ ਚ ਮੰਗ ਕਰਦੇ ਹਾਂ ਕਿ ਜਿਹੜਾ ਕਮਲਾ ਹੋਸਪਿਟਲ ਆ ਇਹਦਾ ਰਿਕਾਰਡ ਚੈੱਕ ਕੀਤਾ ਜਾਵੇ ਕਿ ਇਹਦੇ ਕੋਲ ਇੱਥੇ ਡਾਕਟਰ ਕੌਣ ਆ। ਜਿਹੜਾ ਡਾਕਟਰ ਬਾਹਰ ਪ੍ਰਾਈਵੇਟ ਸਰਵਿਸ ਸਰਕਾਰੀ ਸਰਵਿਸ ਕਰਦਾ, ਭਰੋਸੇਯੋਗ ਸੂਤਰ ਕਹਿੰਦੇ ਆ, ਮੈਂ ਨੀ ਕਹਿੰਦਾ, ਭਰੋਸੇਯੋਗ ਸੂਤਰਾਂ ਤੋਂ ਮੈਨੂੰ ਜਿੱਥੋਂ ਤੱਕ ਪਤਾ ਲੱਗਾ ਕੋਈ ਸਰਕਾਰੀ ਡਾਕਟਰ ਆ ਤੇ ਪਾਰਟ ਟਾਈਮ ਜਦੋਂ ਕੋਈ ਦਵਾਈ ਲਿਖਦਾ ਫੋਨ ਤੇ ਗੱਲ ਕਰਕੇ ਤੇ ਫਿਰ ਡਾਕਟਰੀ ਕਰ ਰਿਹਾ। ਕਦੀ ਕੈਪਟਨ ਜੀ ਏਦਾਂ ਵੀ ਹੋਈ ਆ ਕਿ ਫੋਨ ਤੇ ਉੱਤੇ ਡਾਕਟਰੀ ਹੋਣੀ, ਫਿਰ ਹੋਸਪਿਟਲ ਵਾਲੇ ਦੇ ਫਿਰ ਆਪਣੇ ਹੋਰ ਆਪਣੇ ਕਾਰੋਬਾਰ ਕਰਿਆ ਕਰਨਾ, ਹੋਸਪਿਟਲ ਆਪਣੇ ਫੋਨ ਤੇ ਹੀ ਡਾਕਟਰੀ ਕਰੀ ਜਾਣ। ਸੋ ਅਸੀਂ ਇਹ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਠੀਕ ਹੈ। ਤੇ ਜੋ ਸਾਡੇ ਬੰਦੇ ਦਾ ਨੁਕਸਾਨ ਹੋਇਆ, ਇਹਨਾਂ ਕੋਲ ਪੈਸੇ ਲਏ ਆ, ਜੋ ਸਾਡੇ ਚਾਚਾ ਅਜੀਤ ਸਿੰਘ ਦੇ ਅੱਜ ਤੋਂ ਦੋ ਤਿੰਨ ਡੇਢ ਦੋ ਸਾਲ ਪਹਿਲੋਂ, ਤਿੰਨ ਸਾਲ ਪਹਿਲੋਂ ਉਹਨਾਂ ਕੋਲ ਨਜਾਇਜ਼ ਪੈਸੇ, ਬਾਹਰ ਬੈੱਡ ਲਾ ਕੇ, ਬਾਹਰ ਬੈੱਡ ਲਾ ਕੇ ਉਹਨਾਂ ਦੇ ਗਲੂਕ ਜਾਣ ਕੇ ਆਕਸੀਜਨ ਲਾ ਕੇ ਤੇ ਉਹਨਾਂ ਕੋਲ ਪੈਸੇ ਲੈ ਲਏ, ਉਹ ਸਾਡੇ ਕੋਲ ਵੀ ਪੈਸੇ ਸਾਡੇ ਵਾਪਸ ਕੀਤੇ ਜਾਂਦੇ, ਸਾਡੇ ਕੋਲ ਇਹ ਗੱਲ ਦੀ ਮਾਫ਼ੀ ਮੰਗੀ ਜਾਵੇ। ਤਾਂ ਬਿਲਕੁਲ ਇਹ ਪਿੰਡ ਦੇ ਲੋਕਾਂ ਨੇ, ਪਿੰਡ ਸੂਰੋਪਾਟਾ ਦੇ ਲੋਕਾਂ ਨੇ ਜਿਹੜਾ ਵੱਡੇ ਇਲਜ਼ਾਮ ਉਸ ਹੋਸਪਿਟਲ ਦੇ ਉੱਤੇ ਵੀ ਲਾਏ ਨੇ, ਤੇ ਔਰ ਇਹਨਾਂ ਨੇ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਹੋਸਪਿਟਲ ਦੇ ਜਿਹੜੇ ਡਾਕਟਰ ਨੇ ਉਹਨਾਂ ਨੇ ਇੱਕ ਮਰੀਜ਼ ਨੂੰ ਜਿਹੜਾ ਉਹ ਖੱਜਲ ਖੁਆਰ ਕੀਤਾ ਔਰ ਉਹਦੀ ਜਾਨ ਜਾਣ ਤੱਕ ਦੀ ਜਿਹੜੀ ਉਹ ਨੌਬਤ ਆ ਚੁੱਕੀ ਸੀ। ਇਹਨਾਂ ਦੀ ਸਰਕਾਰ ਤੋਂ ਵੀ ਮੰਗ ਹੈ ਕਿ ਇਸ ਹੋਸਪਿਟਲ ਦਾ ਜਿਹੜਾ ਉਹਨੂੰ ਰਿਕਾਰਡ ਨੂੰ ਚੈੱਕ ਕੀਤਾ ਜਾਵੇ ਔਰ ਦੇਖਿਆ ਜਾਵੇ ਕਿ ਇੱਥੇ ਕੁਆਲੀਫਾਈਡ ਡਾਕਟਰ ਨੇ। ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਥੇ ਅਨਟ੍ਰੇਡ ਡਾਕਟਰ ਨੇ ਔਰ ਜਿਹੜੇ ਇਸ ਹੋਸਪਿਟਲ ਦੇ ਮਾਲਕ ਨੇ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਈ ਸਰਕਾਰੀ ਜਿਹੜੇ ਨੌਕਰੀ ਕਰਦੇ ਨੇ, ਮੇਰੇ ਖਿਆਲ ਨਾਲ ਮੈਡੀਕਲ ਡਿਪਾਰਟਮੈਂਟ ਦੇ ਵਿੱਚ ਹੀ ਨੇ, ਉਹਨਾਂ ਦੀ ਵੀ ਤਫਤੀਸ਼ ਕੀਤੀ ਜਾਣੀ ਚਾਹੀਦੀ ਹੈ ਔਰ ਇਸ ਤਰ੍ਹਾਂ ਦੇ ਜਿਹੜੇ ਅਣਗਹਿਲੀ ਵਰਤਣ ਵਾਲੇ ਹੋਸਪਿਟਲ ਨੇ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਤਾਂ ਬਿਲਕੁਲ ਹੋਸਪਿਟਲ ਦੇ ਜਿਹੜੇ ਮਾਲਕ ਨੇ ਔਰ ਡਾਕਟਰ ਨੇ, ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਪੱਖ ਵੀ ਜਾਣਿਆ ਜਾਵੇ। ਤਾਂ ਬਿਲਕੁਲ ਕਮਲ ਹੋਸਪਿਟਲ ਦੇ ਬਾਹਰ ਖੜੇ ਆ, ਤਾਂ ਤਸਵੀਰ ਤੁਹਾਨੂੰ ਵਿਖਾ ਦਿੰਦੇ ਹਾਂ ਕਿ ਇਹ ਮਹਿਤਾ ਚੌਂਕ ਵਿਖੇ ਜਲੰਧਰ ਰੋਡ ਦੇ ਉੱਪਰ ਕਮਲ ਹੋਸਪਿਟਲ ਜਿਹੜਾ ਉਹ ਸਥਿਤ ਹੈ। ਤਾਂ ਇਸ ਹੋਸਪਿਟਲ ਦੇ ਵਿਰੁੱਧ ਜਿਹੜੇ ਨੇ ਇਲਜ਼ਾਮ ਜਿਹੜੇ ਨੇ ਲਗਾਏ ਜਾ ਰਹੇ ਨੇ, ਤਾਂ ਲੇਕਿਨ ਅੰਦਰ ਜਾ ਕੇ ਅਸੀਂ ਡਾਕਟਰ ਸਾਹਿਬ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਜਿਹੜੇ ਡਾਕਟਰ ਨੇ ਉਹਨਾਂ ਦੇ ਵੱਲੋਂ ਗੱਲ ਨਹੀਂ ਕੀਤੀ ਜਾ ਰਹੀ। ਸਾਨੂੰ ਸਟਾਫ ਦੇ ਵੱਲੋਂ ਇਹ ਜਵਾਬ ਦਿੱਤਾ ਜਾ ਰਿਹਾ ਹੈ ਕਿ ਡਾਕਟਰ ਸਾਹਿਬ ਇੱਥੇ ਨਹੀਂ ਨੇ, ਵਾਰ ਵਾਰ ਸੰਪਰਕ ਕਰਨ ਦੇ ਬਾਅਦ ਵੀ ਜਿਹੜੇ ਨੇ ਉਹ ਡਾਕਟਰ ਇੱਥੇ ਨਹੀਂ ਮਿਲ ਰਹੇ ਔਰ ਸਟਾਫ ਦੇ ਵੱਲੋਂ ਜਿਹੜਾ ਹੈ ਕੋਈ ਵੀ ਗੱਲ ਜਿਹੜੀ ਹੈ ਇਸ ਸੰਬੰਧ ਦੇ ਵਿੱਚ ਕਰਨ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ। ਕੁੱਲ ਮਰੀਜ਼ ਦੇ ਵੱਲੋਂ ਥਾਣੇ ਵੀ ਇਸ ਮਾਮਲੇ ਨੂੰ ਲੈ ਕੇ ਕੰਪਲੇਂਟ ਕੀਤੀ ਗਈ ਹੈ, ਤਾਂ ਪੁਲਿਸ ਦਾ ਇਸ ਸੰਬੰਧ ਦੇ ਵਿੱਚ ਪੁੱਛਦੇ ਹਾਂ ਕਿ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ। ਸਰ, ਇੱਕ ਗੁਰਦੀਪ ਸਿੰਘ ਪਿੰਡ ਸੂਰੋਪੱਡਾ ਤੋਂ ਇੱਕ ਕੰਪਲੇਂਟ ਆਈ ਹੈ ਜੀ, ਕਮਲ ਹੋਸਪਿਟਲ ਮਹਿਤਾ ਚੌਂਕ ਦੇ ਖਿਲਾਫ਼ ਕੀ ਕਾਰਵਾਈ ਚੱਲ ਰਹੀ ਹੈ? ਸਰ, ਉਹਦੀ ਤਫਤੀਸ਼ ਕਰ ਰਹੇ ਹਾਂ ਜੀ, ਜਿਹੜੀ ਗੱਲ ਸਾਰਾ ਕਾਰੀ ਆ ਉਹ ਸਾਹਮਣੇ ਜੀ, ਇਹਦੇ ਖਿਲਾਫ਼ ਪੰਜ ਕਾਨੂੰਨੀ ਕਾਰਵਾਈ ਕੀਤੀ ਹੈ ਜੀ। ਹੋਸਪਿਟਲ ਨੂੰ ਇਨਫੋਰਮੇਸ਼ਨ ਦਿੱਤੀ ਜੀ? ਹਾਂਜੀ ਸਰ, ਦਿੱਤੀ ਜੀ। ਕੀ ਕਹਿੰਦੇ ਉਹ? ਸਰ ਟਾਈਮ ਲੈ ਰਹੇ, ਕਹਿੰਦੇ ਜਦੋਂ ਆ ਜਾਵਾਂਗੇ, ਕੱਲ੍ਹ ਦਾ ਉਹਨੂੰ ਟਾਈਮ ਦਿੱਤਾ ਸਰ, ਜਦੋਂ ਆਉਣਗੇ ਦੋ ਵਾਰੀ ਸਹੀ ਕਰਕੇ ਬਣਦੀ ਜਿਹੜੀ ਕਦਾ ਕਾਰਵਾਈ ਕੀਤੀ ਹੈ ਸਰ। ਤਾਂ ਬਿਲਕੁਲ ਇਹ ਸਨ ਥਾਣਾ ਮਹਿਤਾ ਦੇ ASI ਸਾਹਿਬ, ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਕਮਲ ਹੋਸਪਿਟਲ ਨੂੰ ਜਿਹੜੀ ਇਨਫੋਰਮੇਸ਼ਨ ਦੇ ਦਿੱਤੀ ਗਈ ਹੈ, ਤਾਂ ਬਹੁਤ ਜਲਦ ਵੈਰੀਫਾਈ ਕਰਕੇ ਜੋ ਵੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ। ਜਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਂਕ, ਅੰਮ੍ਰਿਤਸਰ।